कोरोना वायरस ने करके बहुत सारे कारोबार घाटे विच जा रहे ने। जिला बरनाला दी गल कीती जावे तां करीब 400 छोटे वड्डे ब्यूटी पार्लर बंद पए ने, जिस करके इन्हां विच पिया महंगा समान खराब हो रहा है। इन्हां कारोबारियां ने पंजाब सरकार नूं गुहार लाउंदे हुए कारोबार खोलण दी इजाजत मंगी है। असीं बरनाला सैलून एसोसीएशन अते बारबर शॉप्स अते ब्यूटी पार्लर एसोसीएशन ने मिल के डीसी ऑफिस दे विच असीं यह मंग पत्र दिता कि सानूं भी जिस तरह पिछले 40 दिनों तो यह सारी लॉकडाउन अते करफ्यू के दौरान सारिया दुकाना बंद सीगियां ते हौली हौली सारी मार्केट नूं कारोबारियों नूं काम करने की इजाजत दी गई है। तो असीं यह मंग रखी सी डीसी साहब कोल भी सानूं भी 3 दिन हफ्ते दे विच घट्टो घट काम करने की इजाजत दी जाए। साढ़े नाल बहुत ही गरीब दुकानदार, छोटे छोटे दुकानदार, सैन समाज के दुकानदार, बारबर शॉप वाले जेडे कि बहुत ही गरीब ने, अज गुजारा चलाना उन्होंने बहुत मुश्किल हो गया है क्योंकि दुकाना के किराए लगातार पै रहे हैं सानू, अते सानू बिजली के बिल लगातार आ रहे हैं। कुछ लोगों ने लोन लेते हुए ने, उन्होंने लोन दी किश्तां भरनिया बहुत मुश्किल हो गई ने क्योंकि जो भी साढ़े को कमाया हुआ सी 40-50 दिनों के असी वह सारा खर्च कर चुके हैं। तो असी सरकार तो यही मंग करते हैं घट्टो घट सानू 3 या 4 दिन हफ्ते दे विच ये सैलून पार्लर खोलन की इजाजत दी जाए। साढ़े जिहड़े हज़ारां बेरोज़गार कामे साढ़े नाल काम करते हैं उन्होंने रुज़गार मिल सके, तो जां फिर सरकार तो असी एक आर्थिक पैकेज की मदद करते हैं वे तां कि सानू एक मदद दी जाए जिस दे नाल घट्टो घट एक परिवार को 15,000 रुपये महीना खर्चे के तौर पर सानू दिता जाए। ਸਾਡੇ ਕਿਰਾਏ ਤੇ ਦੁਕਾਨਾਂ ਨੇ, ਕਿਰਾਏ ਵਾਲੇ ਸਾਨੂੰ ਕਹਿੰਦੇ ਕਿਰਾਇਆ ਦੋ ਦੁਕਾਨ ਵਾਲੇ ਕਿ ਅਸੀਂ ਨੂੰ ਕਿਰਾਇਆ ਕਿੱਥੋਂ ਦੇਵਾਂਗੇ, ਅਸੀਂ ਕਿਰਾਇਆ ਵੀ ਨਹੀਂ ਦੇ ਸਕਦੇ, 2 ਮਹੀਨੇ ਦਾ ਕਿਰਾਇਆ ਹੋ ਗਿਆ, ਸਭ ਦੇ ਬਿਜ਼ਨਸ ਸ਼ੁਰੂ ਹੋ ਗਏ, ਸਾਡਾ ਬਿਜ਼ਨਸ ਨਹੀਂ ਸ਼ੁਰੂ ਹੋਇਆ। ਸਾਡੇ ਤਾਂ ਹਰ ਚੀਜ਼ ਹੀ ਇੱਥੇ ਹਰ ਚੀਜ਼ ਨੂੰ ਅਸੀਂ ਸੈਨੀਟਾਈਜ਼ਰ ਕਰਕੇ ਯੂਜ਼ ਕਰਦੇ ਹਾਂ, ਸ਼ੁਰੂ ਤੋਂ ਹੀ ਕਰਦੇ ਹਾਂ, ਪਹਿਲੇ ਦਿਨੋਂ ਹੀ ਕਰਦੇ ਹਾਂ, ਪਰ ਸਾਡਾ ਬਿਜ਼ਨਸ ਨਹੀਂ ਸ਼ੁਰੂ ਕੀਤਾ ਜਾਂਦਾ। ਸਾਨੂੰ ਤਾਂ ਰਿਕੁਐਸਟ ਹੈ ਗੌਰਮੈਂਟ ਨੂੰ ਕਿ ਸਾਡਾ ਵੀ ਪਾਰਲਰ ਸੈਲੂਨ ਵਗੈਰਾ ਸਭ ਕੁਝ ਖੁੱਲ੍ਹਣੇ ਚਾਹੀਦੇ ਆ ਕਿ ਸਾਡਾ ਵੀ ਰੋਜ਼ਗਾਰ ਚੱਲਣਾ ਚਾਹੀਦਾ। ਕੋਈ ਸਾਨੂੰ ਫੈਸਿਲਿਟੀ ਨਹੀਂ ਹੈਗੀ, ਸਰ ਹਰ ਕੰਮ ਦੀ ਮੰਦੀ ਹੈ, ਸਾਡਾ ਤਾਂ ਸਾਰਾ ਸਮਾਨ 1 ਲੱਖ ਰੁਪਏ ਦਾ ਜੇ ਤੁਹਾਨੂੰ ਅਸੀਂ ਆਪਣੇ ਪਾਰਲਰ ਦਿਖਾਈਏ ਸਾਰਾ ਐਕਸਪਾਇਰ ਹੀ ਹੋ ਗਿਆ, ਉਹਦਾ ਕੌਣ ਜ਼ਿੰਮੇਵਾਰ ਹੈ? ਕੋਈ ਵੀ ਜ਼ਿੰਮੇਵਾਰ ਨਹੀਂ, ਸਾਡੇ ਆਪਣੇ ਪੱਲੇ ਪੈ ਗਿਆ ਸਭ ਕੁਝ। ਬਸ ਜਿਹੜਾ ਮਾੜਾ ਮੋਟਾ ਬੈਂਕ ਬੈਲੈਂਸ ਸੀ ਉਹੀ ਖਾ ਰਹੇ ਹਾਂ, ਸਾਨੂੰ ਤਾਂ ਕਿਸੇ ਵੱਲੋਂ ਨਹੀਂ ਹੈ। ਮਿਡਲ ਕਲਾਸ ਬੰਦਾ ਤਾਂ ਹਰ ਤਰਫ ਹੀ ਹੋ ਜਾਂਦਾ, ਨਾ ਅਸੀਂ ਮੰਗ ਕੇ ਖਾ ਸਕਦੇ ਹਾਂ, ਨਾ ਅਸੀਂ ਕਿਸੇ ਨੂੰ ਕੁਛ ਵੀ ਨਹੀਂ ਕਰ ਸਕਦੇ। ਅਸੀਂ ਤਾਂ ਬਸ ਅਸੀਂ ਤਾਂ ਹੁਣ ਇਹ ਹੀ ਰਿਕੁਐਸਟ ਹੈ ਕਿ ਸਾਡਾ ਪਾਰਲਰ ਚੱਲਣਾ ਚਾਹੀਦਾ, ਅਤੇ ਅਸੀਂ ਆਪਣੇ ਕਿਰਾਏ ਵੀ ਦੇਣ ਜੋਗੇ ਹੋਈਏ। ਕਿਰਾਏ ਜਿਹੜੇ ਵਾਲਾ ਮਕਾਨ ਉਹ ਤਾਂ ਕਿਰਾਇਆ ਮੰਗ ਰਹੇ ਨੇ, ਜਾਂ ਤਾਂ ਫਿਰ ਇਹੋ ਜਿਹੀ ਛੂਟ ਦੇ ਦਿਓ ਕਿ ਉਹਨਾਂ ਨੂੰ ਕਹੋ ਕਿ ਸਾਡੇ ਤੋਂ ਕਿਰਾਇਆ ਨਾ ਲੈਣ, ਚਾਹੇ ਸਾਡੇ ਬਿੱਲ ਮਾਫ਼ ਕੀਤੇ ਜਾਣ, ਪਾਰਲਰ ਦੇ ਬਿੱਲ ਮਾਫ਼ ਕੀਤੇ ਜਾਣ, ਅਤੇ ਜਿਹੜੇ ਸਾਡੇ ਲੈਂਡਲੋਰਡ ਨੇ ਉਹਨਾਂ ਨੂੰ ਰਿਕੁਐਸਟ ਕਰੋ ਕਿ ਸਾਡੇ ਤੋਂ ਕਿਰਾਇਆ ਨਾ ਲੈਣ। ਜੇ ਲੈਣਾ ਵੀ ਤਾਂ 25% 30% ਹੋਣਾ ਚਾਹੀਦਾ, ਇੰਨਾ ਜ਼ਿਆਦਾ ਕਿਰਾਇਆ ਨਹੀਂ ਹੋਣਾ ਚਾਹੀਦਾ। ਸਰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈਗੀ, 5 ਸਾਲ ਤੋਂ ਆਪਾਂ ਸਲੋਨ ਚਲਾ ਰਹੇ ਹਾਂਗੇ ਵੀ ਆਪਣਾ ਤਾਂ ਇੱਥੋਂ ਹੀ ਰੋਟੀ ਪਾਣੀ ਜੋ ਵੀ ਕੋਈ ਖਰਚਾ ਹੈਗਾ ਇੱਥੋਂ ਹੀ ਚੱਲਦਾ ਸੀਗਾ, ਅਤੇ ਹੁਣ ਸਾਰਾ ਰੁਜ਼ਗਾਰ ਆ ਜੋ ਕਿ ਬੰਦ ਹੋ ਚੁੱਕਿਆ ਹੈਗਾ। ਸਾਨੂੰ ਕਿਰਾਏ ਵਗੈਰਾ ਦੀ ਜਿਵੇਂ ਹਰ ਸਟਾਫ ਵਗੈਰਾ ਹੈਗਾ ਸਾਰਾ ਸਾਡਾ ਵੀ ਬੇਰੁਜ਼ਗਾਰ ਹੋ ਚੁੱਕਿਆ ਹੈਗਾ, ਤਾਂ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇਗੀਆਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਵੀ ਜਿੱਦਾਂ ਕਿ ਥੋੜ੍ਹੇ ਦਿਨ ਵੀ ਜੇ ਅਗਰ ਸਾਨੂੰ ਹਫ਼ਤੇ ਦੇ ਵਿੱਚ 3-4 ਦਿਨ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਸ਼ਾਇਦ ਅਸੀਂ ਆਪਣਾ ਵੀ ਰੋਟੀ ਪਾਣੀ ਦਾ ਗੁਜ਼ਾਰਾ ਕਰ ਸਕਦੇ ਹਾਂ, ਕਿਉਂਕਿ ਕਿਰਾਏ ਭਾੜੇ ਬਹੁਤ ਜ਼ਿਆਦਾ ਨੇ ਦੁਕਾਨਾਂ ਦੇ, ਅਤੇ ਉਹ ਸਾਨੂੰ ਹਰ ਮਹੀਨੇ ਸਾਡਾ ਖਰਚਾ ਹੈਗਾ ਉਹ ਸਾਡੇ ਕਰਜ਼ਾ ਚੜ੍ਹੀ ਜਾ ਰਿਹਾ ਹੈਗਾ। ਜੇ ਅਗਰ ਇਹੀ ਹਾਲਤ ਰਹੀ ਤਾਂ ਅਸੀਂ ਰੋਡ 'ਤੇ ਆ ਜਾਵਾਂਗੇ, ਸਾਡਾ ਕੋਈ ਹੋਰ ਹੱਲ ਨਹੀਂ ਹੈਗਾ, ਸਾਨੂੰ ਦੁਕਾਨਾਂ ਬੰਦ ਕਰਨੀਆਂ ਪੈ ਸਕਦੀਆਂ ਨੇਗੀਆਂ। ਤਾਂ ਸੋਚ ਸਕਦੇ ਹੋ ਸੀਗੀ ਵੀ ਕੀ ਹਾਲਤ ਹੋਊਗੀ ਅੱਜ। ਮੈਂ ਇਹੀ ਕਹਿਣਾ ਚਾਹੂੰਗੀ ਕਿ ਹਰ ਇਹੀ ਦੇਖ ਰਹੇ ਹਾਂ ਕਿ ਵੀ ਹੁਣ 5-7 ਦਿਨਾਂ ਤੋਂ ਸਾਰਾ ਬਾਜ਼ਾਰ ਓਪਨ ਹੈ, ਤਾਂ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਸਾਡੀਆਂ ਦੁਕਾਨਾਂ ਵੀ ਖੁੱਲ੍ਹਣੀਆਂ ਚਾਹੀਦੀਆਂ ਨੇਗੀਆਂ ਜਦੋਂ ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਹੈਗੇ। ਤਾਂ ਅਸੀਂ ਕਹਿੰਦੇ ਹਾਂ ਕਿ ਵੀ ਸਾਡੀਆਂ ਦੁਕਾਨਾਂ ਦੇ ਵਿੱਚ ਵੀ ਥੋੜ੍ਹੀ ਬਹੁਤ ਤਾਂ ਆਮਦਨੀ ਅਸੀਂ ਕਰੀਏ ਕਿ ਵੀ ਅਸੀਂ ਤਾਂ ਭੁੱਖੇ ਮਰ ਰਹੇ ਹਾਂ, ਸ਼ਰਾਬ ਨਾਲ ਤਾਂ ਕੋਈ ਭੁੱਖਾ ਨਹੀਂ ਮਰਦਾ ਹੈਗਾ, ਬਟ ਅਸੀਂ ਕੀ ਆ, ਅਸੀਂ ਡੇਲੀ ਤਾਂ ਕਮਾਉਣ ਵਾਲੇ ਸੀਗੇ, ਤਾਂ ਸਾਡਾ ਹਾਲਤ ਦੇਖੋ ਸਾਡੀ ਕੀ ਹੈਗੀ, ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਹੈਗੇ ਕਿ ਗਰੀਬ ਲੋਕ ਆ ਉਹਨਾਂ ਨੂੰ ਘਰੇ ਰਾਸ਼ਨ ਵੀ ਬੈਠਣ ਨੂੰ ਮਿਲ ਜਾਂਦਾ, ਬਟ ਅਸੀਂ ਕਿਸੇ ਤੋਂ ਕੋਈ ਮਦਦ ਨਹੀਂ ਮੰਗ ਸਕਦੇ ਹੈਗੇ, ਅਤੇ ਸਾਡੀ ਕੋਈ ਮਦਦ ਕਰ ਵੀ ਨਹੀਂ ਸਕਦਾ। ਅਗਲਾ ਦੇਖਦਾ ਗਾ ਕਿ ਵੀ ਵਧੀਆ ਇਹਨਾਂ ਦੇ ਸਲੋਨ ਨੇ, ਵਧੀਆ ਘਰ ਪਾਏ ਹੋਏ ਨੇਗੇ, ਤਾਂ ਸਾਨੂੰ ਸ਼ਰਮ ਆਉਂਦੀ ਹੈ ਕਿਸ ਤੋਂ ਮੰਗਦੇ ਹੋਏ, ਨਾ ਸਾਨੂੰ ਕੋਈ ਦਿੰਦਾ ਗਾ। ਅਗਰ ਕੋਈ ਦੇ ਕੇ ਵੀ ਜਾਊਗਾ ਸਾਡੀ ਫੋਟੋ ਖਿੱਚ ਕੇ ਬਾਅਦ 'ਚ ਅਖਬਾਰ 'ਚ ਪੈ ਜਾਂਦੀਆਂ ਨੇਗੀਆਂ। ਤਾਂ ਇਹੀ ਚੀਜ਼ਾਂ ਨੇਗੀਆਂ ਸਰ, ਸਰਕਾਰ ਤੋਂ ਮੰਗ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਾਡੇ ਵੀ ਕਾਰੋਬਾਰ ਆ ਜਿਹੜੇ ਓਪਨ ਹੋਣ, ਤਾਂ ਅਸੀਂ ਵੀ ਸ਼ਾਇਦ ਥੋੜ੍ਹਾ ਬਹੁਤ ਅਸੀਂ ਆਪਣਾ ਕੁਛ ਗੁਜ਼ਾਰਾ ਕਰ ਸਕੀਏ ਸਰ। ਅਤੇ ਮੈਂ ਇਹ ਸਰਕਾਰ ਤੋਂ ਇੱਕ ਸਵਾਲ ਕਰਨਾ ਚਾਹੁੰਦਾ ਗਾ ਵੀ ਜਦੋਂ ਹਰ ਇੱਕ ਦੁਕਾਨ, ਮੰਨ ਲਓ ਮੈਡੀਕਲ ਸ਼ੋਪਸ ਨੇ, ਸ਼ਰਾਬ ਦੇ ਠੇਕੇ ਨੇ, ਸਪੇਅਰ ਪਾਰਟ ਦੀ ਸ਼ੋਪਸ ਨੇ, ਫਰੂਟ ਨੇ ਜਾਂ ਜੋ ਵੀ ਹਰ ਇੱਕ ਤਰੀਕੇ ਦੀ ਦੁਕਾਨ ਹੈ ਜਾਂ ਗਾਰਮੈਂਟਸ ਦੀ ਸ਼ੋਪਸ ਨੇ ਗੀਆਂ, ਉਹ ਸਭ ਖੁੱਲ੍ਹ ਚੁੱਕੀਆਂ ਨੇਗੀਆਂ, ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਵੀ ਉਹ ਕੀ ਹਰ ਇੱਕ ਪਾਰਟ ਨੂੰ, ਆਪਣੇ ਹਰ ਇੱਕ ਐਸੈਸਰੀ ਨੂੰ ਜਾਂ ਹਰ ਇੱਕ ਚੀਜ਼ ਨੂੰ ਸੈਨੇਟਾਈਜ਼ ਕਰਕੇ ਦੇ ਰਹੇ ਨੇ? ਨਹੀਂ ਦੇ ਸਕਦੇ ਨਾ। ਅਸੀਂ ਤਾਂ ਸਾਡੇ ਸਲੂਨ ਦੇ ਵਿੱਚ, ਪਾਰਲਰ ਦੇ ਵਿੱਚ ਜਾਂ ਜੋ ਜੈਂਟ ਸਲੂਨ ਨੇ ਜਾਂ ਬਾਰਬਰ ਸ਼ੋਪਸ ਨੇਗੀਆਂ,
उन्होंने लिमिटेड जी टूल यूज़ होने नेगे, लिमिटेड जी चीज़ा यूज़ होने ने जिन्हों के असी ऑलरेडी ही सैनेटाइज़ करके उन्होंने ठीक है जी स्टेलाइज़ करके यूज़ किया जा रहा है जिद भी साड़ी भी वो प्रिक्योशन हैगी तो असी क्लाइंट की प्रिक्योशन का भी पूरा ध्यान रखते हैं। हुण साडी कंडीशन ये हुई पई आ शॉप साडियां बंद नेगियां, 200 to 250 साडे सलून नेगे उहदे विच छोटे वड्डे पार्लरस भी ने, कई जिहड़े घरां विच भी खोल के बैठे ने या बाहर खोल के बैठे ने छोटी वड्डी शॉप्स ने, उहनां नूं मिलाया जावे तां सट घट्टो घट 300-400 शॉप्स इदां दी नेगियां भी जिहड़ियां बिल्कुल बंद हो चुकियां 50 दिनां दे विच, ते उह 200-300 परिवार बिल्कुल बेरोज़गार बैठे ने। उह सिर्फ 300-400 परिवार ही नहीं जो उहनां कोल अगे कम कर रहे नेगे, मान लो कोई वर्कर आ, कोई गर्ल स्टाफ हैगा, कोई लेडी स्टाफ हैगा, ठीक है जी, हर एक कोई अपना ढिड पालन वास्ते जॉब कर रहा सीगा, कोई कितों आ रहा सी, कोई कितों आ रहा सीगा एक छोटी जी तनखा पिछे। सिर्फ 350 परिवार नहीं उन्हां दे नाल जिहड़े होर जुड़े हुए सीगे, मान लो हर एक सलून दे विच एक एवरेज लगाई जावे 3 to 4 मैंबर काम करते सीगे, हुण जे उन्हां नूं कैलकुलेट किया जाए तो घट्टो घट 1000 परिवार के करीब पहुँच जाएगा, ठीक है जी, 1000 to 1200 परिवारों के पहुँच रही है गल। तो हुण सरकार नूं यही बेनती हैगी भी सानूं या तो आर्थिक तौर पर कोई हैल्प की जाए या तो सानू परमिशन दी जाए सलून घट्टो घट 4 to 5 दिन खोलन की। सर साढ़े हालात ऑलरेडी बिगड़ चुके हैं जी, ठीक है जी, इस टाइम तो जो हम मान लो असं 3 टाइम का सगा और 2 टाइम तो रोटी तो आ गए, उस तो बाद यह हो सकता भी 1 टाइम तो जी तो इन फ्यूचर जी इदा ही चलता रहा तो यह सोचा भी भुखे मरण वाला काम हो जाएगा, शॉप सारिया बंद हो जाने, क्योंकि हर एक शॉप का किराया 3-1 जोड़े छोटे शॉप ने गियाँ, मान लो कोई जेंट सलून आ, ठीक है जी, वह किराया 3000 तो लैके 10 to 15000 के बीच है, जेडे बड़े सलून ने यूनीसैक्स सलून ने गे, ठीक है जी, उन्होंने किराया 15-15000 तो लैके 60-70000 रुपये किराया है। हुण सानू पर मंथ एक तो किराया पै रहा है पिछले 50 दिनों तो, साडी स्टाफ की सैलरीज़ वो रुकिया हुई ने, स्टाफ भी सानू परेशान कर रहा भी साढ़े को खर्च नहीं, क्योंकि वह भी साढ़े ही डिपेंड सके, असी कस्टमर से डिपेंड से, कस्टमर बंद हो चुके हैं, व्यापार बंद ने गे, असी ये कर सकते हैं कि हर एक पर कस्टमर मगर जो साडा टावल शीट या कुछ भी यूज़ हुंदा गा असी उन्हें वॉश करांगे या चेंज कर देंगे या हर एक पर क्लाइंट मगर एक उन्होंने पैकेज बना के दे देंगे जिदे विच उन्हां दे परसनल टावल, परसनल शीट, परसनल रेजर वगैरह सब कुछ होगा, एक किट असी प्रॉपर रेडी कर देंगे जो कि असी कस्टमर की एक परसनली लगा दी जाएगी या कस्टमर दे दें भी जो भी उन्होंने अपना वर्क करवाना ना तो वो अपनी किट अपने नाल लेके आन, यदा असी क्लाइंट तो एक एक्स्ट्रा चार्ज कर सकते हैं।